ਗੁਰੈਣ ਨੇਲੇ ਪਿੰਡ ਸੰਗਟੇਸੀਆਂ ਵਿਖੇ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਭਵਿੰਦਰ ਕੌਰ ਪਤਨੀ ਗਰਧਾਰੀ ਲਾਲ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਪਿੰਡ ਵਿੱਚ ਵਿਆਹ ਦੇ ਸਮਾਗਮ ਵਿੱਚ ਸਨ। ਜਦੋਂ ਵਾਪਸ ਘਰ ਆਏ ਤਾਂ ਦੇਖਿਆ ਕਿ ਜਾਲੀ ਤੋੜ ਕੇ ਚੋਰ ਘਰ ਵਿੱਚ ਦਾਖਲ ਹੋ ਕੇ ਘਰ ਅੰਦਰੋਂ 10,000 ਰੁਪਏ ਨਗਦੀ ਅਤੇ ਸੋਨੇ ਦੀ ਵਾਲੀ ਲੈ ਕੇ ਫਰਾਰ ਹੋ ਗਏ। ਇਸ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਕਿੰਨਾ ਕੁ ਨੁਕਸਾਨ ਹੋਇਆ ਆ, ਕਿੰਨੀ ਕੁ ਵਜੇ ਦੀ ਚੋਰੀ ਹੋਈ ਆ? 10,000 ਰੁਪਈਆ ਨਾਲ ਵੀ ਲੈ ਗਏ ਆ, ਬਾਲੀਆਂ ਲੈ ਕੇ ਮੇਰੀਆਂ, ਬਾਕੀ ਹੋਰ ਟੁੱਟੇ ਪੈਸੇ ਵੀ ਸੀਗੇ। ਬਾਕੀ ਹਜੇ ਕੋਈ ਫੁੱਲ ਫਾਲੀ ਕਰੂੰਗੀ ਤਾਂ ਪਤਾ ਲੱਗੂਗਾ ਵੀ ਕੀ ਲੈ ਗਏ। ਕਿੰਨੇ ਕੁ ਵਜੇ ਵਾਰਦਾਤ ਦਾ ਅੰਜਾਮ? 1:30 ਕੁ ਵਜੇ ਦੀ ਗੱਲ ਹੈ। ਤੁਸੀਂ ਕਿੱਥੇ ਸੀਗੇ ਉੱਥੇ? ਮੈਂ ਵਿਆਹ 'ਤੇ ਆ, ਵਿਆਹ ਪਿੰਡ ਦਾ ਕੰਮ ਕਰਦੀ ਹਾਂ ਮੈਂ ਅਤੇ ਵਿਆਹ ਸੀਗਾ, ਮੈਂ ਉੱਥੇ ਸੀਗੀ ਉਹਨਾਂ ਦੇ। ਕੋਈ ਕੈਮਰੇ ਵਿੱਚ ਵੀ ਆਇਆ ਸੀ ਫੁਟੇਜ ਵਗੈਰਾ? ਤੁਹਾਨੂੰ ਕਿੱਦਾਂ ਪਤਾ ਲੱਗਾ ਚੋਰੀ ਹੋਈ ਹੈ? ਮੈਨੂੰ ਫੋਨ ਕੀਤਾ ਇਹਨਾਂ ਨੇ, ਮੇਰੇ ਘਰ ਵਾਲੇ ਨੇ ਮੈਨੂੰ ਫੋਨ ਕੀਤਾ ਵੀ ਛੇਤੀ ਆ ਜਾ, ਆਪਣੀ ਚੋਰੀ ਹੋ ਗਈ। ਇਹੀ ਕਰਦੇ ਹਾਂ ਵੀ ਅਸੀਂ ਕਿਹੜਾ ਬਹੁਤ ਤਲਬਲ ਗਰੀਬ ਬੰਦੇ ਹਾਂ ਅਸੀਂ, ਸਾਡਾ ਕੋਈ ਕਮਾਓ ਤਾਂ ਹੈ ਹੀ ਨਹੀਂ ਗਾ, ਦੋ ਟੀਵੀਆਂ ਵੀ ਕਮਾਉਂਦੇ ਹਾਂ ਤਾਂ ਖਾਂਦੇ ਹਾਂ। ਚਲੋ ਟਿਊਸ਼ਨ 'ਤੇ ਜਾਣਾ।